ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਅੱਛਾ, ਕੀ ਗੱਲ ਹੋਈ ਜੀ? ਅੱਜ ਸਵੇਰੇ ਥਾਣੇ ਤੋਂ ਫੋਨ ਆਇਆ ਸੀ ਸਾਨੂੰ, ਹਾਂਜੀ, ਕਿ ਤੁਹਾਡੇ ਸਕੂਲੇ ਆ ਕੇ ਦੇਖੋ ਕਿ ਬੇਟੀ ਦੀ ਜਿਹੜੀ ਤੁਸੀਂ ਰਿਪੋਰਟ ਲਿਖਾਈ ਸੀਗੀ ਕਿਤੇ ਇਹੀ ਤਾਂ ਨਹੀਂ ਕੁੜੀ, ਅਸੀਂ ਜਾ ਕੇ ਦੇਖਿਆ ਸਾਡੀ ਕੁੜੀ ਸੀਗੀ। ਕੀ ਨਾਮ ਸੀ ਜੀ ਇਸਦਾ? ਉਸਦਾ ਨਾਮ ਹਰਪ੍ਰੀਤ ਕੌਰ ਸੀ। ਅਤੇ ਉਮਰ ਕਿੰਨੀ ਸੀ ਜੀ? 17 ਸਾਲ। 17 ਸਾਲ ਦੀ ਜੀ। ਕਿੰਨਵੀਂ 'ਚ ਪੜ੍ਹਦੀ ਸੀ ਜੀ? ਇਹ +2 ਜੀ। ਕਿਹੜੇ ਸਕੂਲ 'ਚ ਪੜ੍ਹਦੀ ਸੀ? ਇਹ ਗੌਰਮੈਂਟ ਸਕੂਲ ਹੈ ਗਿੱਲਾਂ ਦਾ। ਤੇ ਇਹ ਘਰ ਤੋਂ ਕਿੰਨੇ ਟਾਈਮ ਦੇ ਵਿੱਚ ਸਵੇਰੇ ਕਦੋਂ ਆਈ ਅਤੇ ਕੀ ਗੱਲਬਾਤ ਹੋਈ ਸੀ? ਸਰ ਕੱਲ੍ਹ ਆਈ ਸੀਗੀ ਉਹ, ਕੱਲ੍ਹ ਸਵੇਰੇ ਹੋਈ 9:30 ਵਜੇ, ਜਿਵੇਂ 9 ਵਜੇ ਸਕੂਲ ਲੱਗਦਾ ਹੈਗਾ, ਸਵੇਰੇ ਆਈ ਸੀਗੀ। ਅਤੇ ਛੁੱਟੀ ਹੋਣ ਤੱਕ ਬੱਚਿਆਂ ਦੇ ਨਾਲ ਸੀਗੀ ਉਹ, ਅਤੇ ਜਦੋਂ ਛੁੱਟੀ ਹੋ ਗਈ ਹੈਗੀ ਆ, ਜੇ ਬੱਚਿਆਂ ਨੇ ਪੁੱਛਿਆ ਗਾ ਜੇ ਛੁੱਟੀ ਹੋਣ ਤੱਕ ਸਾਡੇ ਨਾਲ ਸੀ, ਲੇਕਿਨ ਉਦੋਂ ਬਾਅਦ ਜਿਹੜਾ ਅੱਜ ਸੁਸਾਈਡ ਹੋ ਗਿਆ। ਅੱਜ ਕਰੀਬ 10 ਵਜੇ ਆਪਾਂ ਨੂੰ ਇਤਲਾਹ ਮਿਲੀ ਆ ਕਿ ਇੱਕ ਲੜਕੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗਿੱਲ ਦੇ ਵਿੱਚ ਸੁਸਾਈਡ ਕਰ ਲਿਆ। ਉੱਥੇ ਜਾ ਕੇ ਮੌਕੇ 'ਤੇ ਪਹੁੰਚੇ ਹਾਂ, ਦੇਖਿਆ ਕਿ ਲੜਕੀ ਹਰਪ੍ਰੀਤ ਕੌਰ ਦੀ ਜਿਹੜੀ ਲਾਸ਼ ਪੱਖੇ ਦੇ ਨਾਲ ਲਟਕ ਰਹੀ ਸੀ। ਉਸ ਤੋਂ ਬਾਅਦ ਉਹਦੇ ਫਾਦਰ ਪਰਮਿੰਦਰ ਸਿੰਘ ਮਿਲਿਆ, ਉੱਥੇ ਹਾਜ਼ਰ ਮਿਲਿਆ, ਜਿਹਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਕਿ ਮੇਰੀ ਲੜਕੀ ਜਿਹੜੀ ਕਾਫੀ ਪਰੇਸ਼ਾਨ ਸੀ ਦਿਮਾਗੀ ਤੌਰ 'ਤੇ, ਡਿਪਰੈਸ਼ਨ ਵਿੱਚ ਰਹਿਣ ਕਰਕੇ ਉਹਨੇ ਪੱਖੇ ਨਾਲ ਲੜਕੇ ਆਪਣੀ ਆਤਮ ਹੱਤਿਆ। ਅਤੇ ਇਸ ਦੇ ਸੰਬੰਧ ਵਿੱਚ 174 ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ, ਦਾ ਪੋਸਟਮਾਰਟਮ ਕਰਵਾ ਕੇ ਅੱਗੇ ਜਿਹੜੀ ਕਾਰਵਾਈ।